ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਅਸੀਂ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਤੁਹਾਡੀਆਂ ਹੀ ਰਿਕਮੈਂਡ ਕੀਤੀਆਂ ਵੀਡੀਓਜ਼ ਦੇ ਨਾਲ ਔਰ ਅੱਜ ਦੀ ਜਿਹੜੀ ਵੀਡੀਓ ਆ ਜੀ ਉਹ ਕਾਫੀ ਜ਼ਿਆਦਾ ਰਿਕਮੈਂਡਡ ਆ ਕਾਫੀ ਦਿਨ ਹੋ ਗਿਆ ਇਸ ਵੀਡੀਓ ਦੇ ਉੱਪਰ ਜਿਹੜੀ ਆ ਰਿਕਮੈਂਡੇਸ਼ਨ ਆਉਂਦਿਆਂ ਨੂੰ ਔਰ ਵੀਡੀਓ ਦਾ ਨਾਮ ਆ ਜੀ ਬੱਟ ਤੇ ਭੱਟੀ ਅੱਛਾ ਇਹ ਉਹ ਤਾਂ ਨਹੀਂ ਹੈ ਜਿਹੜੀ ਤੁਸੀਂ ਬੜੀ ਉਦੋਂ ਵੇਖਦੇ ਨੇ ਸਾਡੀ ਮੈਂ ਹਾਂ ਉਦੋਂ ਪਹਿਲਾਂ ਪਹਿਲਾਂ ਮੈਂ ਬੜੀ ਵੇਖੀ ਹੈ ਇਹ ਪਿਕਚਰ ਮਤਲਬ ਕਾਫੀ ਦੇਰ ਹੋ ਗਈ ਯਾਦ ਹੁੰਦੇ ਸੀਗੇ ਨਾ ਹਾਂ ਕਾਫੀ ਦੇਰ ਹੋ ਗਈ ਆ ਤੇ ਹੁਣ ਤੇ ਤਕਰੀਬਨ ਭੁੱਲ ਗਿਆ ਹੁਣ ਦੁਬਾਰਾ ਵੇਖਾਂਗੇ ਤੇ ਇਦਾਂ ਲੱਗੂਗਾ ਕਿ ਜਿੱਦਾਂ ਵਾਕਈ ਪਹਿਲੀ ਵਾਰ ਵੇਖਣ ਦੇ ਕਿਉਂਕਿ ਬਹੁਤ ਵਧੀਆ ਜਿੰਨੀ ਵਾਰ ਵੇਖੀ ਹੈ ਨਾ ਹਰ ਵਾਰੀ ਜਿਹੜਾ ਟੈਨਸ਼ਨ ਫਰੀ ਇਨਸਾਨ ਹੋ ਜਾਂਦਾ ਹਨਾ ਉਹ ਚੀਜ਼ ਹੁੰਦੀ ਹੈ ਇਹ ਤੇ ਬੋਲਦੇ ਵੀ ਉਵੇਂ ਹੁੰਦੇ ਜਿਵੇਂ ਉਹ ਬੋਲਦੇ ਨਾ ਸੇਮ ਉਸੇ ਤਰੀਕੇ ਦੇ ਨਾਲ ਤੇ ਮੇਰੀ ਫੇਵਰਟ ਆ ਜੀ ਤੇ ਅਮਨ ਨੇ ਮੇਰੇ ਖਿਆਲ 'ਚ ਨਹੀਂ ਪਹਿਲਾਂ ਪਿਕਚਰ ਦੇਖੀ ਨਹੀਂ ਉਦਾਂ ਮੇਰੇ ਕੋਲੋਂ ਕਿਤੇ ਮਾੜੇ ਮਾੜੇ ਡਾਇਲੋਗ ਸੁਣੇ ਹੋਣਗੇ ਤੇ ਸੋ ਇਹਦਾ ਜੀ ਪਾਰਟ 1 ਆ ਸਟਾਰਟਿੰਗ ਤੋਂ ਫਿਲਮ ਦੀ ਸਟਾਰਟਿੰਗ ਤੋਂ ਆ ਤੇ ਪਾਰਟ 1 ਆ ਅਗਰ ਇਸ ਵੀਡੀਓ ਨੂੰ ਵਧੀਆ ਜਿਹੜਾ ਰਿਸਪੌਂਸ ਮਿਲਦਾ ਆ ਹਨਾ ਵਿਊ ਵਧੀਆ ਮਿਲਦੇ ਆ ਲੋਕ ਵਧੀਆ ਪਸੰਦ ਕਰਦੇ ਆ ਅਸੀਂ ਅਗਲੇ ਪਾਰਟ ਵੀ ਲੈ ਕੇ ਆਵਾਂਗੇ ਤੇ ਔਰ ਜੇ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਤੇ ਆਪਾਂ ਹੋ ਸਕਦਾ ਪੂਰੀ ਪਿਕਚਰ ਦੇ ਉੱਪਰ ਹੀ ਕਲਿਪਸ ਦੇ ਉੱਪਰ ਆਪਾਂ ਜਿਹੜੀ ਆ ਇਹ ਵੀਡੀਓ ਲੈ ਕੇ ਆਈਏ ਕਿਉਂਕਿ ਮੈਂ ਤਾਂ ਬਹੁਤ ਇੰਜੋਏ ਕਰਦਾ ਇਹਨੂੰ ਇੱਕ ਇਹ ਪਿਕਚਰ ਆ ਇੱਕ ਹੋਰ ਪਿਕਚਰ ਆ ਉਹਦੇ ਵਿੱਚ ਵੀ ਮਤਲਬ ਇਹਨਾਂ ਦੀਆਂ ਤਕਰੀਬਨ ਸਾਰੀਆਂ ਫਿਲਮਾਂ ਮੈਂ ਦੇਖੀਆਂ ਜਿਹੜੀਆਂ 2010-11 ਤੱਕ ਆਈਆਂ ਹਨਾ ਤਕਰੀਬਨ ਸਾਰੀਆਂ ਵੀਡੀਓ ਜਿਹੜੀਆਂ ਪਿਕਚਰ ਇਹਨਾਂ ਦੀਆਂ ਦੇਖੀਆਂ ਹੋਈਆਂ ਅੱਛਾ ਮਤਲਬ ਹੁਣ 11 ਤੱਕ ਹੁੰਦੀ ਰਹੀਆਂ ਹਾਂ 11 ਤੱਕ ਹੁੰਦੀ ਰਹੀਆਂ ਪਰ ਉਸ ਤੋਂ ਬਾਅਦ ਮੇਰਾ ਵੀ ਥੋੜਾ ਜਿਹਾ ਲਿੰਕ ਟੁੱਟ ਗਿਆ ਹਨਾ ਤੇ ਇਸ ਕਰਕੇ ਮੈਨੂੰ ਪਤਾ ਨਹੀਂ ਉਸ ਤੋਂ ਬਾਅਦ ਕਿਹੜੀਆਂ ਹੋਰ ਪਿਕਚਰਸ ਆਈਆਂ ਕਿਉਂਕਿ ਉਹਨਾਂ ਨੇ ਆਪਣੇ ਚੈਨਲ ਬਣਾ ਲਏ ਆ ਤੇ ਉਹ ਆਪਣੇ ਚੈਨਲ ਦੇ ਥਰੂ ਹੀ ਜਿਹੜਾ ਕੰਮ ਕਰਦੇ ਆ ਔਰ ਮੇਰੇ ਖਿਆਲ ਦੇ ਵਿੱਚ ਡਬਿੰਗ ਦੇ ਵਿੱਚ ਥੋੜਾ ਜਿਹਾ ਉਹ ਘਟ ਗਿਆ ਇਸ ਕਰਕੇ ਸੋ ਕਰਦੇ ਆ ਵੀਡੀਓ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹਨਾਂ ਜਿਹਨਾਂ ਸਾਡਾ ਇਹ ਚੈਨਲ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਸਾਡਾ ਚੈਨਲ ਇਸ ਤੋਂ ਇਲਾਵਾ ਸਾਡਾ ਦੂਸਰਾ ਚੈਨਲ ਦੀਪਜੋਤ ਵਲੌਗਸ ਅਗਰ ਤੁਸੀਂ ਵਲੌਗਸ ਪਸੰਦ ਕਰਦੇ ਹੋ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਸਾਡਾ ਇੰਸਟਾਗ੍ਰਾਮ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਉਹਨੂੰ ਵੀ ਤੁਸੀਂ ਜ਼ਰੂਰ ਫੋਲੋ ਕਰਿਓ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ ਬੱਟ ਤੇ ਭੱਟੀ ਬੜਾ ਕੀਮਤੀ ਰਹਿ ਜਾਣ ਲਵੇ ਤੁਸੀਂ ਬੋਲਦੇ ਨਹੀਂ ਨਾ ਬੜਾ ਕੀਮਤੀ ਚਾਬੀ ਪਾੜੀ ਇਹ ਗੱਲ ਆਪਾਂ ਦੇਖਾਂਗੇ ਫਿਲਮਾਂ ਵੀ ਬਾਜੀਆ ਨੂਰਪੁਰ ਪ੍ਰਾਪਰਟੀ ਦਾ ਖਾਤਾ ਆਇਆ ਵਾ ਇਹ ਦੇਖੋ ਉਹਦੀ ਤਸਵੀਰ ਮੇਰੇ ਵਾਸਤੇ ਤੇ ਉਹ ਹੁਣ ਮਰ ਗਿਆ ਬੋਲ ਗਈ ਨਾ ਇਹੋ ਇਹੋ ਤੇ ਜਿਹੜੀ ਆਵਾਜ਼ ਹੈ ਉਹ ਤੇ ਬੜੀ ਲੱਗਦੀ ਤਲੋ ਵੀ ਤਲੋ ਮੇਰੀ ਬੱਤਰੀ ਧਿਆਨ ਨਾਲ ਤਲੋ ਜੋ ਆਪਣੀ ਆਪਣੀ ਜਗ੍ਹਾ ਤੇ ਜਿਹੜਾ ਤੁਹਾਨੂੰ ਤੋਂ ਹੀ ਤੁਸ਼ਤਾ ਵੀ ਉਹਦੀ ਤੁਸੀਂ ਧੋਣ ਲਾ ਦੇਣੀ ਮੈਂ ਆਪੇ ਨਿਬਲਾਂ ਦਾ ਸੀਰੀਅਸ ਸੀਨ ਨੂੰ ਵੀ ਲੈ ਲਾ ਹੀਲਾ ਕਿੱਥੇ ਲੱਥੇ ਆਉਣਾ ਤਾਤੇ ਨੇ ਤਾਤੇ ਨੇ ਹਿੱਲੀ ਨਾ ਹੁਣ ਫੇਰ ਨਾ ਕਹੀ ਤਾਤਾ ਹੀਲਾ ਤੇ ਅੱਜ ਮੈਂ ਲੈ ਤੇ ਹੀ ਜਾਣਾ ਮੈਂ ਤੇਰੀ ਤਿੰਦ ਤੁੰਦ ਪਾਉਂਦੇ ਨਹੀਂ ਮੈਂ ਤੈਨੂੰ ਦੱਸ ਦਿੱਤਾ ਹੀ ਓਏ ਤੁਰੀ ਤੁਰੀ
ਤਾਤਾ ਦੀ ਕਿਤੇ ਮੰਦਨੀ ਮੁੰਦਨੀ ਤੀਤੀ ਤੇ ਨਹੀਂ? ਬੰਦਾ ਵੇਲੇ ਹੀ ਦੇ ਦਿੰਦਾ। ਚਲੋ ਮੇਰੀ ਉਹ ਬੱਤਰੀ ਉਹ ਕਿੱਥੇ ਪਿੱਥੇ ਆ ਦੋ। ਮੈਨੂੰ ਨਵਾ ਕੇ ਦਫਨਾਇਓ ਉਹਨੂੰ ਕਹਿ ਦੇਈ। ਤੁਹਾਨੂੰ ਸਾੜ ਨਾ ਦੇਗੇ ਮਰੇ। ਸੁਣ ਡੱਬੀ ਆਪਣੇ ਭਰਾ ਨੂੰ ਦੇ ਦੇ ਤੇ ਉਹਨੂੰ ਕਹੀ ਇਹ ਚ ਮੇਰੀ ਨਸਵਾਰ ਆ ਸੰਭਾਲ ਕੇ ਰੱਖੇ। ਸਮਝ ਗਈ ਇਹ ਗੱਲ ਕਾਕੀ? ਮਤਲਬ ਕਿਹੜਾ ਸੀਨ ਆ? ਅਮਰੀਕਾ ਦਾ ਸ਼ਹਿਰ ਨੂਰਪੁਰ ਖਾਸ। ਸਾਰਿਆਂ ਨੂੰ ਕੱਲਾ ਹੀ ਮੁੱਕੀਆਂ ਪੇਲੀ ਜਾਂਦਾ। ਬਸ ਕਰ ਤੂੰ ਯਾਰ, ਮੈਂ ਤੇਰੇ ਨਾਲ ਮਜ਼ਾਕ ਕਰਨ ਆ। ਅਗਲੇ ਨੇ ਯਾਰ ਤਲਵਾਰ ਕੱਢ ਕੇ ਸਿੱਧਾ ਅਗਲੇ ਦਾ ਸਿਰ ਲਾ ਤਾ। ਵਿੱਚ ਲਿਖਿਆ ਮੈਂ ਤੈਨੂੰ ਕੋਲੋਂ ਕਹਿੰਦੇ ਆ, ਮੈਨੂੰ ਪਤਾ ਜਿਹੜਾ ਵਿੱਚ ਲਿਖਿਆ ਇਹ ਤੇਰੇ ਯਾਰ ਨੇ ਕਿਤਾਬ ਲਿਖੀ ਹੈ। ਅਗਲੇ ਨੇ ਸਿੱਧੀਆਂ ਗਾਲਾਂ ਕੱਢੀਆਂ ਤੈਨੂੰ, ਮੈਨੂੰ ਹੋਰ ਮੈਨੂੰ ਕੱਢਦਾ ਤੇ ਮੈਂ ਭਾਈ ਸੁਣ ਲੈਣੀਆਂ ਸੀ। ਗੌਰ ਨਾ ਪੜ, ਮੈਨੂੰ ਨੀ ਕੱਢੀਆਂ ਹੋਣੀਆਂ, ਕਿਸੇ ਹੋਰ ਨੂੰ ਕੱਢੀਆਂ ਹੋਣੀਆਂ। ਉਹ ਯਾਰ ਤੈਨੂੰ ਹੀ ਕੱਢੀਆਂ ਵਾ, ਉਹਨੇ ਉੱਤੇ ਆਪਣਾ ਨਾਮ ਹੀ ਲਿਖਿਆ ਵਾ। ਪੜ ਜ਼ਰਾ ਇੱਧਰ, ਇੱਧਰ ਗੌਰ ਕਰ ਦਰਾ, ਤੇਰਾ ਨਾਮ ਬਾਹੂ ਉੱਤੇ ਲਿਖਿਆ ਵਾ। ਉਹ ਯਾਰ ਗੱਲ ਤੇ ਸੁਣ, ਉਹ ਖੈਰ ਆ, ਉਹ ਖੈਰ ਹੀ ਆ ਯਾਰ। ਉਹ ਗਲਤੀ ਚਾਹੁੰਦਾ ਭਾਈ, ਅੱਜ ਫੇਰ ਤੇਰੀ ਮਸ਼ੂਕ ਨਹੀਂ ਆਈ। ਗਲਤੀ ਚਾਹੁੰਦਾ ਭਾਈ, ਕੋਈ ਨਹੀਂ ਯਾਰ, ਤੂੰ ਰੋਜ਼ ਆ ਕੇ ਉਹਦਾ ਪੁੱਛਦਾ, ਉਹਨੇ ਹੁਣ ਨਹੀਂ ਆਉਣਾ। ਭੁੱਲ ਜਾ ਹੁਣ, ਮੈਨੂੰ ਪਤਾ ਉਹਨੇ ਹੁਣ ਕਦੀ ਵੀ ਨਹੀਂ ਆਉਣਾ। ਪਰ ਫੇਰ ਵੀ ਸ਼ਾਇਦ ਭਾਜੀ ਇਹ ਕੁੜੀ ਡੱਬਾ ਦੇ ਕੇ ਗਈ ਤੁਹਾਡੇ, ਉਹ ਵੇਖੀ ਭਾਈ ਬੰਬ ਹੀ ਨਾ ਹੋਵੇ, ਉਹ ਬਕਵਾਸ ਬੰਦ ਕਰ ਲਾ। ਇਹ ਅੱਛਾ, ਇਹ ਉਹਦਾ ਭਰਾ ਹੋਣਾ ਨਾ? ਇੰਟਰਸਟਿੰਗ ਹੈ। ਸਵਾਰ ਵਾਲੀ ਡੱਬੀ? ਹਾਂ। ਓਏ ਅੱਬਾ ਮਰ ਗਿਆ। ਉਹ ਹੈਗਾ ਤੂੰ ਘੋੜਾ ਬੈਠਾ ਕੁੱਤਿਆਂ ਨੂੰ।
ਕੱਟਦਾ ਵੀ ਕੁੱਤੇ ਉਹ ਬੰਦਾ ਕਪੰਦਾ ਤੇ ਵੇਖ ਲਿਆ ਕਰ ਬਾਜ਼ਾਰ ਚ ਸ਼ੁਰੂ ਹੋ ਜਾਂਦਾ ਪਤਾ ਨਹੀਂ ਲੱਗਦਾ ਤੈਨੂੰ ਉਹ ਯਾਰ ਪਿਸਤੌਲ ਲੈ ਲਾ ਮਹੱਲੇ ਦੀਆਂ ਕੁਕੜੀਆਂ ਛੁਕੜੀਆਂ ਮਾਰਦਾ ਰਹੀ ਤੇ ਮੈਂ ਹੁਣ ਚੱਲਾਂ ਮਿਹਰਬਾਨੀ ਭਾਜੀ ਇੱਧਰੋਂ ਵੈਗਣਾ ਜਾਂਦੀਆਂ ਜੇ ਤੇ ਇੱਧਰੋਂ ਬੱਸਾਂ ਜਾਂਦੀਆਂ ਜੀ ਮੇਰੇ ਕੋਲ ਆਪਣਾ ਘੋੜਾ ਹੈਗਾ ਯਾਰ ਮੈਂ ਆਪਣੇ ਘੋੜੇ ਤੇ ਚੱਲ ਜਾਂਗਾ ਤੂੰ ਟੈਨਸ਼ਨ ਨਾ ਲੈ ਮੈਂ ਚੱਲ ਜਾਂਗਾ ਓਏ ਮੈਨੂੰ ਭਾਜੀ ਟੈਨਸ਼ਨ ਲੈਣ ਦੀ ਕਿਹੜੀ ਲੋੜ ਹੈ ਦੱਸੋ ਹਾਂ ਜ਼ਰਾ ਤੁਸੀਂ ਮੈਨੂੰ ਹੈ ਮੈਨੂੰ ਪਤਾ ਤੁਸੀਂ ਆਪਣੇ ਯਾਰ ਕੋਲ ਚੱਲੇ ਜੀ ਉਹਦੇ ਕੋਲ ਬੜੇ ਪੈਸੇ ਨੇ ਭਾਜੀ ਮੈਂ ਜਾਣਦਾ ਜਿੰਨੇ ਮਰਜ਼ੀ ਹੋਣ ਮੈਂ ਤੇ ਆਪਣੇ ਲੈਣੇ ਨੇ ਮੇਰਾ ਯਾਰ ਆ ਮੈਂ ਉਹਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਲਓ ਵੀ ਕੁੜੀਓ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ ਮੈਂ ਤੇ ਮੇਰਾ ਕੀ ਯਾਰ ਹੁੰਦਾ ਸੀ ਪੱਟੀ ਸਾਡੀ ਇੱਕ ਦਿਨ ਹੋ ਵੀ ਲੜਾਈ ਉਹ 40-50 ਹਜ਼ਾਰ ਬੰਦਾ ਤੇ ਅਸੀਂ ਦੋਵੇਂ ਮੈਂ ਪੱਟੀ ਨੂੰ ਕਿਹਾ ਮੈਂ ਕਿਹਾ ਨਿਕਲੋ ਤੂੰ ਮੈਂ ਸੰਭਾਲ ਲਾਂਗਾ ਇਹਨਾਂ ਨੂੰ ਸਾਰਿਆਂ ਨੂੰ ਉਹ ਤੇ ਗਿਆ ਨਿਕਲ ਮੇਰੇ ਕੋ ਸੀ ਫਿਰ ਪਿਸਤੌਲ ਮੈਂ ਫਿਰ ਕੱਢਿਆ ਫੈਰ ਕਿਉਂ ਬੰਦੂਕਾਂ ਕੱਢ ਲਈਆਂ ਸਾਰਿਆਂ ਨੂੰ ਉੱਥੇ ਇੰਨੀ ਫੈਰਿੰਗ ਹੋਈ ਫਿਰ ਪਰ ਮੈਨੂੰ ਇੱਕ ਗੋਲੀ ਨਹੀਂ ਵੱਜੀ ਓ ਐਡਾ ਵੱਡਾ ਝੂਠ ਨਾ ਸੰਤ ਤੂੰ ਬੇਵਕੂਫ ਸਮਝਦਾ ਓਏ ਓਏ ਤੁਹਾਨੂੰ ਪਤਾ ਮੈਨੂੰ ਸ਼ੁਗਰ ਕਰਨ ਦੀ ਬੜੀ ਭੈੜੀ ਆਦਤ ਆ ਤੁਸੀਂ ਦਿਲ ਨਾਲ ਲਈ ਆ ਇੱਕ ਲੈਮਨ ਦੀ ਬੋਤਲ ਹੀ ਮੰਗਾ ਲਾ ਫਿਰ ਦੀ ਤੂੰ ਕਿਸੇ ਹੋਰ ਦੇ ਨਾਲ ਆ ਤੇ ਲੈਵਾਂ ਤੈਨੂੰ ਮੈਂ ਪਿਆਵਾਂ ਭੈਣਾ ਤੇ ਆਰਾਮ ਨਾਲ ਬਹਿ ਨਹੀਂ ਤੇ ਨਿਕਲ ਜਾ ਚੁੱਪ ਕਰਕੇ ਮੇਰੀ ਭੈਣ ਇੱਥੋਂ 3 ਮਿੰਟਾਂ ਬਾਅਦ ਮੈਨੂੰ ਲੈਵਾਂ ਦੀ ਬੋਤਲ ਮੰਗਾ ਦਿਓ ਜੀ ਸੋਹਣਾ ਹੋਟਲ ਤੁਹਾਡੇ ਨਾਲ ਲੈਵਣ ਪੀਣ ਦਾ ਮਜ਼ਾ ਹੀ ਹੋਰ ਆ ਬਟ ਮੈਨੂੰ ਵੱਡੀ ਤੇ ਜੁੱਤੀ ਲੈ ਕੇ ਦੇਣੀ ਮੈਂ ਤੈਨੂੰ ਦੱਸਦਾ ਏ ਠੰਡੀਆਂ ਠੰਡੀਆਂ ਚਾਬੀਆਂ ਕਿੱਧਰ ਆਤੀਆਂ ਜੇ ਵਾਹ ਜੀ ਵਾਹ ਅੱਛਾ ਇੱਕ ਕਲਿੱਪ ਹੀ ਸੀਗਾ ਮੈਨੂੰ ਲੱਗਣ ਲੱਗ ਪਿਆ ਸਾਰੀ ਮੂਵੀ ਹੈ ਨਾ ਨਹੀਂ ਵਾਹ ਮਤਲਬ ਮੂਵੀ ਜਿਹੜੀ ਬੜੀ ਸੀਰੀਅਸ ਜੀ ਲੱਗਦੀ ਪਰ ਜਿਹੜਾ ਬੋਲਣ ਦਾ ਤਰੀਕਾ ਹੀ ਬੜਾ ਫਨੀ ਸੀਗਾ ਬੜਾ ਫਨੀ ਮਤਲਬ ਸੀਰੀਅਸ ਸਾਰੀ ਪਿਕਚਰ ਸੀਰੀਅਸ ਨਹੀਂ ਕਾਮੇਡੀ ਹੈਗੀ ਇਹਦੇ ਵਿੱਚ ਬਟ ਜਿੱਥੇ ਜਿਹੜੇ ਸੀਨ ਸੀਰੀਅਸ ਸੀ ਨਾ ਉਹਦੇ ਵਿੱਚ ਵੀ ਜਾਨ ਪਾਤੀ ਹੈ ਨਾ ਮਤਲਬ ਜਿੱਦਾਂ ਆਦੋ ਮੇਰੀ ਉਹ ਬੱਤਰੀ ਉਹ ਜਿਹੜਾ ਉਹ ਐਂਡ ਵਿੱਚ ਉਹਦੀ ਦੋਨੋਂ ਡੈਥ ਹੁੰਦੀ ਹੈ ਪਰ ਪਤਾ ਨਹੀਂ ਕੀ ਕੀਤਾ ਬੜੇ ਵਾਹ ਕਮਾਲ ਬਹੁਤ ਵਧੀਆ ਜਿਹੜੀ ਡੱਬਿੰਗ ਬਹੁਤ ਵਧੀਆ ਹੁੰਦੀ ਆ ਔਰ ਖੜਾ ਕੇ ਆ ਹਟਿਆ ਕਦਮਾਂ ਦੀ ਉਹ ਜਿੱਥੇ ਮਿਊਜ਼ਿਕ ਚੱਲਦਾ ਉੱਥੇ ਮਿਊਜ਼ਿਕ ਵੀ ਜਿਹੜਾ ਆ ਉਹ ਨਹੀਂ ਉਹ ਸਾਰਾ ਮੇਨ ਉਸੇ ਮੂਵੀ ਦਾ ਹੋਣਾ ਨਾ ਤੇ ਨਹੀਂ ਜਿਹੜਾ ਜਿਹੜਾ ਉਹ ਜਦੋਂ ਉਹਨੇ ਉਹ ਅੱਗ ਜੀ ਜਲਾਈ ਸੀ ਤੇ ਉਹ ਤੋਂ ਉਦੋਂ ਮਿਊਜ਼ਿਕ ਚੱਲਦਾ ਪਿਆ ਉਸ ਮੂਵੀ ਦਾ ਨਹੀਂ ਆ ਕਿਉਂਕਿ ਉਹ ਮੂਵੀ ਇੰਗਲਿਸ਼ ਆ ਔਰ ਮਿਊਜ਼ਿਕ ਜਿਹੜਾ ਆ ਉਹ ਇਹ ਆਪਣੇ ਇਧਰ ਪੰਜਾਬੀ ਆਪਣੇ ਇਧਰ ਦਾ ਮਤਲਬ ਸਟਾਈਲ ਦਾ ਸੀਗਾ ਤੇ ਬਹੁਤ ਵਧੀਆ ਯਾਰ ਮਤਲਬ ਜੀ ਨਹੀਂ ਕਰਦਾ ਪਿਆ ਹਟਣ ਦਾ ਹਨਾ ਮੈਂ ਤੇ ਕੋਲ ਇੱਕ ਵੀਡੀਓ ਬਣਾ ਰਹੀ ਹਾਂ ਮੈਂ ਮੂਵੀ ਦੇਖਣੀ ਆਪਾਂ ਦੇਖਾਂਗੇ ਇਸ ਤੋਂ ਬਾਅਦ ਇਹ ਮੂਵੀ ਆਪਾਂ ਮੂਵੀ ਤੁਹਾਡੇ ਨਾਲ ਹੀ ਵੇਖਾਂਗੇ ਜੇ ਇਹ ਵੀਡੀਓ ਦਾ ਰਿਸਪੌਂਸ ਵਧੀਆ ਰਿਹਾ ਨਾ ਅਸੀਂ ਹੋਰ ਵੀ ਦੇ ਜਿਹੜੇ ਸਾਰੇ ਕਲਿੱਪ ਦੇ ਉੱਪਰ ਜਿਹੜੀ ਆ ਵੀਡੀਓ ਲੈ ਕੇ ਆਵਾਂਗੇ ਰਿਐਕਸ਼ਨ ਉਹ ਇਹ ਸੀ ਅੱਜ ਦੀ ਵੀਡੀਓ ਤੇ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਅਗਰ ਤੁਸੀਂ ਸਾਡੇ ਚੈਨਲ ਤੇ ਨਹੀਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਈਏ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ।